ਹੈਲੋ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਦੋਸਤੋ ਪੰਜਾਬ ਪੁਲਿਸ ਪੰਜਾਬ ਪਟਵਾਰੀ ਜੇਲ੍ਹ ਵਾਰਡਨ ਅਤੇ ਐਨਟੀਟੀ ਪ੍ਰੀ ਪ੍ਰਾਇਮਰੀ 8393 ਪੋਸਟਾਂ ਦੇ ਸਲੇਬਸ ਦੇ ਵਿੱਚ ਜੋ ਜੀਕੇ ਦਾ ਪੋਰਸ਼ਨ ਹੈ ਉਹਦੀ ਬਹੁਤ ਵਧੀਆ ਤਿਆਰੀ ਦੇ ਲਈ ਆਪਾਂ ਤੁਹਾਡੇ ਲਈ ਲੈ ਕੇ ਆਏ ਆ 1500 ਵਨ ਲਾਈਨਰ ਪ੍ਰਸ਼ਨ ਦੀ ਇਹ ਲੜੀ ਇਸੇ ਲੜੀ ਦੇ ਤਹਿਤ ਆਪਾਂ ਆਪਣਾ ਕਰਾਂਗੇ ਅੱਜ ਦਾ ਸੈੱਟ ਸੋ ਦੋਸਤੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜੂ ਵੀ ਤੁਹਾਨੂੰ ਕਿੰਨੇ ਪ੍ਰਸ਼ਨ ਆਉਂਦੇ ਨੇ ਸੋ ਦੋਸਤੋ ਆਪਾਂ 50 ਪ੍ਰਸ਼ਨ ਕਰਾਂਗੇ ਇਹਦੇ ਵਿੱਚ ਤੇ ਨਾਲ ਇਹਦੇ ਫੈਕਟ ਹੋਰ ਦੱਸਾਂਗੇ ਤਾਂ ਜੋ 100 150 ਪ੍ਰਸ਼ਨ ਇਹ ਬਣ ਜਾਂਦਾ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੁਹਾਡੇ ਇੱਕ ਲਾਈਕ ਨਾਲ ਸਾਡਾ ਹੌਸਲਾ ਵਧਦਾ ਹੈ ਸੋ ਸ਼ੁਰੂ ਕਰਦੇ ਹਾਂ 1500 ਵਨ ਲਾਈਨਰ ਜੋ ਪ੍ਰਸ਼ਨ ਦੀ ਲੜੀ ਆ ਉਹਦਾ ਅੱਜ ਦੇ ਸੈੱਟ ਦਾ ਪਹਿਲਾ ਪ੍ਰਸ਼ਨ ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਕਦੋਂ ਸਥਾਪਿਤ ਕੀਤਾ ਗਿਆ ਸੋ ਦੋਸਤੋ ਇਹ ਕੀਤਾ ਗਿਆ ਸੀ 1858 ਦੇ ਵਿੱਚ ਜਿਹੜਾ ਇਹ ਐਕਟ ਸੀਗਾ ਇਹਨੂੰ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਸੀ ਇਸੇ ਐਕਟ ਦੇ ਅਧੀਨ ਦੋਸਤੋ ਜਿਹੜਾ ਈਸਟ ਇੰਡੀਆ ਕੰਪਨੀ ਦਾ ਜਿਹੜਾ ਰਾਜ ਸੀ ਉਹ ਸਿੱਧਾ ਬ੍ਰਿਟਿਸ਼ ਇੰਡੀਆ ਇੰਡੀਆ ਕੰਪਨੀ ਸੀ ਜਿਹੜੀ ਈਸਟ ਇੰਡੀਆ ਕੰਪਨੀ ਉਹਦਾ ਜਿਹੜਾ ਰਾਜ ਸੀ ਉਹ ਬ੍ਰਿਟਿਸ਼ ਸਰਕਾਰ ਦੇ ਅਧੀਨ ਚਲਾ ਗਿਆ ਸੀ ਪ੍ਰਸ਼ਨ ਨੰਬਰ 2 ਦੇਖਦੇ ਆਂ ਭਾਰਤੀਆਂ ਦੀ ਸੰਵਿਧਾਨ ਸਭਾ ਦੀ ਮੰਗ ਨੂੰ ਬ੍ਰਿਟਿਸ਼ ਸਰਕਾਰ ਨੇ ਪਹਿਲੀ ਵਾਰ ਅਸਿੱਧੇ ਤੌਰ ਤੇ ਕਿਹੜੀ ਯੋਜਨਾ ਤਹਿਤ ਸਵੀਕਾਰ ਕੀਤਾ ਵੈਰੀ ਇੰਪੋਰਟੈਂਟ ਪ੍ਰਸ਼ਨ ਇਹ ਅਗਸਤ ਆਫਰ ਯੋਜਨਾ ਸੀ ਜੀ ਜੋ ਕਿ 8 ਅਗਸਤ 1942 ਦੇ ਵਿੱਚ 8 ਅਗਸਤ 1942 ਦੇ ਵਿੱਚ ਲਾਰਡ ਲਨ ਲਿਥਗੋ ਦੁਆਰਾ ਪੇਸ਼ ਕੀਤੀ ਸੀ ਭਾਰਤੀਆਂ ਦੇ ਅੱਗੇ ਪ੍ਰਸ਼ਨ ਨੰਬਰ 3 ਦੇਖਦੇ ਆ ਕਿਹੜੇ ਆਰਟੀਕਲ ਤਹਿਤ ਸੱਭਿਆਚਾਰਕ ਅਤੇ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਸੋ ਸੰਵਿਧਾਨ ਦੇ ਆਰਟੀਕਲ 29 ਅਤੇ 30 ਦੇ ਅਨੁਸਾਰ ਸੱਭਿਆਚਾਰਕ ਅਤੇ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਜੀ ਪ੍ਰਸ਼ਨ ਨੰਬਰ 4 ਭਾਰਤੀ ਸੰਵਿਧਾਨ ਘੱਟ ਗਿਣਤੀਆਂ ਨੂੰ ਕਿਸ ਆਧਾਰ ਤੇ ਮਾਨਤਾ ਦਿੰਦਾ ਜੀ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਘੱਟ ਗਿਣਤੀਆਂ ਨੂੰ ਧਰਮ ਦੇ ਆਧਾਰ ਤੇ ਮਾਨਤਾ ਦਿੰਦਾ ਦੋਸਤੋ ਪ੍ਰਸ਼ਨ ਨੰਬਰ 5 ਦੇਖਦੇ ਆ ਭਾਰਤ ਦੇ ਗਵਰਨਰ ਜਨਰਲ ਦਾ ਉਹਦਾ ਕਦੋਂ ਸਥਾਪਿਤ ਕੀਤਾ ਗਿਆ ਪ੍ਰਸ਼ਨ ਦੁਆਰੇ ਆ ਗਿਆ 1858 ਦੇ ਵਿੱਚ ਸੰਸਦੀ ਸਰਕਾਰ ਵਿੱਚ ਰਾਜ ਦੀ ਅਸਲ ਸ਼ਕਤੀ ਕਿਸ ਦੇ ਹੱਥ ਵਿੱਚ ਹੁੰਦੀ ਹੈ ਸੋ ਜਿਹੜੀ ਸੰਸਦੀ ਸਰਕਾਰ ਹੁੰਦੀ ਹੈ ਦੋਸਤੋ ਉਹਦੇ ਵਿੱਚ ਰਾਜ ਦੀ ਜਿਹੜੀ ਅਸਲ ਸ਼ਕਤੀ ਹੈ ਉਹ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਹੱਥ ਵਿੱਚ ਹੁੰਦੀ ਹੈ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਛੂਆ ਸਾਤ ਇੱਕ ਜੁਰਮ ਹੈ ਸੋ ਸੰਵਿਧਾਨ ਦੇ ਵਿੱਚ ਸਮਾਨਤਾ ਦੇ ਅਧਿਕਾਰ ਦਿੱਤੇ ਗਏ ਨੇ ਉਹਨਾਂ ਦੇ ਵਿੱਚੋਂ ਆਰਟੀਕਲ 17 ਜਿਹੜਾ ਉਹ ਧਾਰਾ ਦੇ ਅਨੁਸਾਰ ਸੂਆ ਸਾਤ ਇੱਕ ਜੁਰਮ ਹੈ ਜੀ ਮੌਲਿਕ ਅਧਿਕਾਰ ਨੇ ਜਿਹੜੇ ਸਮਾਨਤਾ ਦੇ ਉਹਦੇ ਵਿੱਚ ਆਰਟੀਕਲ 17 ਆਉਂਦਾ ਹੈ ਇਹ ਸੰਵਿਧਾਨ ਅਨੁਸਾਰ ਹਿੰਦੀ ਦੇਸ਼ ਦੀ ਕਿਸ ਪ੍ਰਕਾਰ ਦੀ ਭਾਸ਼ਾ ਹੈ ਇਹ ਦਫ਼ਤਰੀ ਭਾਸ਼ਾ ਹੈਗੀ ਹਿੰਦੀ ਹੈ ਜਿਹੜੀ ਪ੍ਰਸ਼ਨ ਨੰਬਰ 9 ਕਰਦੇ ਹਾਂ ਦੋਸਤੋ ਭਾਰਤੀ ਸੰਵਿਧਾਨ ਵਿੱਚ ਨਾਗਰਿਕਤਾ ਕਿਹੜੇ ਭਾਗ ਵਿੱਚ ਹੈ ਇਹ ਸੰਸਦ ਕੋਲ ਹੈ ਜੀ ਤੇ ਇਹ ਆਰਟੀਕਲ 5 ਤੋਂ 11 ਤੱਕ ਜਿਹੜੇ ਆਰਟੀਕਲ ਨੇ ਇਹ ਨਾਗਰਿਕਤਾ ਨਾਲ ਸੰਬੰਧਿਤ ਨੇ ਸੋ ਦੋਸਤੋ ਨਾਗਰਿਕਤਾ ਨਾਲ ਸੰਬੰਧਿਤ ਪਿਛਲੇ ਸਾਲ ਬੜੀ ਵੱਡੀ ਪੱਧਰ ਤੇ ਲਹਿਰ ਉੱਠੀ ਸੀ ਜਿਹਦੇ ਵਿੱਚ ਨਾਗਰਿਕਤਾ ਸੋਧ ਬਿੱਲ ਲੈ ਕੇ ਆਂਦਾ ਸੀ ਇਹ ਉਸੇ ਨਾਲ ਜੀ ਸੰਬੰਧਿਤ ਹੈ ਜੋ ਕਿ ਸੰਸਦ ਦੇ ਕੋਲੇ ਪਾਵਰ ਹੁੰਦੀ ਹੈ ਜੀ ਪ੍ਰਸ਼ਨ ਨੰਬਰ 10 ਡਾਕਟਰ ਵੀ ਆਰ ਅੰਬੇਦਕਰ ਨੇ ਕਿਹੜੇ ਮੌਲਿਕ ਅਧਿਕਾਰ ਨੂੰ ਸੰਵਿਧਾਨ ਦੀ ਆਤਮਾ ਮੰਨਿਆ ਹੈ ਸੋ ਜਿਹੜਾ ਆਰਟੀਕਲ 32 ਹੈ ਜੀ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਜਿਹਦਾ ਨਾਂਗਾ ਡਾਕਟਰ ਅੰਬੇਦਕਰ ਨੇ ਮੌਲਿਕ ਅਧਿਕਾਰਾਂ ਦੇ ਇਸ ਨੂੰ ਸੰਵਿਧਾਨ ਦੀ ਆਤਮਾ ਮੰਨਿਆਗਾ ਸੋ ਉਹਨਾਂ ਦੇ ਅਨੁਸਾਰ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਹੈ ਜਿਹੜਾ ਜੇਕਰ ਕਿਸੇ ਦੇ ਕਿਸੇ ਨੂੰ ਸਮੱਸਿਆ ਆਉਂਦੀ ਹੈ ਤਾਂ ਉਹ ਉਸ ਦੇ ਖਿਲਾਫ ਅਪੀਲ ਕਰ ਸਕਦਾ ਜੀ ਇਸ ਆਰਟੀਕਲ ਦੇ ਅਕੋਰਡਿੰਗ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਹੀ ਸਹੀ ਹੈ ਜੀ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਕਿਵੇਂ ਸ਼ਾਮਲ ਕੀਤੇ ਗਏ ਇਹ ਸੋਧ ਕਰਕੇ ਸ਼ਾਮਲ ਕੀਤੇ ਗਏ ਸੀਗੇ ਜੀ 1976 ਦੇ ਵਿੱਚ 42ਵੀਂ ਸੋਧ ਹੋਈ ਸੀ ਜੀ 42ਵੀਂ ਸੋਧ ਹੋਈ ਸੀ ਸੰਵਿਧਾਨ ਦੇ ਵਿੱਚ ਇਹ ਸੋਧ ਦੇ ਰਾਹੀਂ ਸਵਰਨ ਸਿੰਘ ਕਮੇਟੀ ਬਣੀ ਸੀ ਜੀ ਇੱਕ ਸਵਰਨ ਸਿੰਘ ਕਮੇਟੀ ਉਸ ਕਮੇਟੀ ਨੇ ਇਹ ਮੌਲਿਕ ਕਰਤੱਬ ਪੇਸ਼ ਕੀਤੇ ਸੀਗੇ ਜੀ 8 ਪਰ ਫਿਰ ਵੀ 10 ਦੇ ਵਿੱਚ ਨੋਟ ਕਰ ਲਏ ਗਏ ਸੀਗੇ ਜਿਹੜਾ 11ਵਾਂ ਮੌਲਿਕ ਕਰਤੱਬ ਆ ਉਹ 2002 ਦੇ ਵਿੱਚ ਸਿਆਸੀ ਵੀ ਸੰਵਿਧਾਨਕ ਸੋਧ ਰਾਹੀਂ ਪੇਸ਼ ਕੀਤਾ ਗਿਆ ਸੀਗਾ ਸੋ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਬ ਸੰਵਿਧਾਨਕ ਸੋਧਾਂ ਰਾਹੀਂ ਆ ਸ਼ਾਮਲ ਹੋਏ ਸੀ ਪ੍ਰਸ਼ਨ ਨੰਬਰ 12 ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਿਕ ਕਰਤੱਬ ਨੇ ਇਹ 11 ਨੇ ਜੀ ਹੁਣ ਮੌਲਿਕ ਕਰਤੱਬਾਂ ਨੂੰ ਸੰਵਿਧਾਨ ਵਿੱਚ ਕਦੋਂ ਸ਼ਾਮਲ ਕੀਤਾ ਗਿਆ 1976 ਦੇ ਵਿੱਚ 42ਵੀਂ ਜਿਹੜੀ ਸੰਵਿਧਾਨਕ ਸੋਧ ਸੀ 1976 ਦੇ ਵਿੱਚ ਇਹਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਜੀ 42ਵੀਂ ਸੋਧ ਨੂੰ ਵੈਰੀ ਇੰਪੋਰਟੈਂਟ ਹੈ ਯਾਦ ਰੱਖਣਾ ਸਾਰਿਆਂ ਨੇ ਮਿੰਨੀ ਸੰਵਿਧਾਨ ਜਿਹੜੀ 42ਵੀਂ ਸੋਧ ਹੋਈ ਉਹ ਇੰਨੀ ਵੱਡੀ ਸੋਧ ਸੀ ਜャ ਉਹਦੇ ਵਿੱਚ ਇੰਨਾ ਬਦਲਾਅ ਕੀਤਾ ਗਿਆ ਸੰਵਿਧਾਨ ਦੇ ਵਿੱਚ ਵੀ ਉਹਨੂੰ ਮਿੰਨੀ ਸੰਵਿਧਾਨ ਹੀ ਕਿਹਾ ਜਾਣ ਲੱਗਿਆ 13 ਨੰਬਰ 14 ਨੰਬਰ ਪ੍ਰਸ਼ਨ ਦੇਖਦੇ ਆਂ ਮੌਲਿਕ ਕਰਤੱਬਾਂ ਨੂੰ ਸੰਵਿਧਾਨ ਵਿੱਚ ਕਿਸ ਦੀ ਸਿਫਾਰਸ਼ ਤੇ ਸ਼ਾਮਲ ਕੀਤਾ ਗਿਆ ਆਪਾਂ ਪਹਿਲਾਂ ਕਰ ਚੁੱਕੇ ਆ ਸਵਰਨ ਸਿੰਘ ਕਮੇਟੀ ਦੀ ਸਿਫਾਰਸ਼ ਤੇ ਮੌਲਿਕ ਕਰਤੱਬਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਜੀ ਉਸ ਸਮੇਂ 10 ਇਹਨਾਂ ਦੀ ਸਿਫਾਰਸ਼ ਤੇ 10 ਸ਼ਾਮਲ ਕੀਤੇ ਸੀ ਜਿਹੜਾ 11ਵਾਂ ਸੀਗਾ ਉਹ 2002 ਦੇ ਵਿੱਚ 86ਵੀਂ ਸੰਵਿਧਾਨਕ ਸੋਧ ਰਾਹੀਂ ਸ਼ਾਮਲ ਕੀਤਾ ਕਿਹੜੇ ਅਧਿਕਾਰ ਨੂੰ 46ਵੀਂ ਸੰਵਿਧਾਨਕ ਸੋਧ ਕਰਕੇ ਮੌਲਿਕ ਅਧਿਕਾਰਾਂ ਤੋਂ ਬਾਹਰ ਕੱਢ ਦਿੱਤਾ ਗਿਆ ਸੋ ਇੱਕ 44ਵੀਂ ਸੋਧ ਹੋਈ ਸੀ ਜੀ ਸੰਵਿਧਾਨ ਦੇ ਵਿੱਚ 1978 ਦੇ ਵਿੱਚ ਇਸ ਸੋਧ ਦੇ ਅਨੁਸਾਰ ਸੰਪਤੀ ਦਾ ਅਧਿਕਾਰ ਸੀ ਜਿਹੜਾ ਉਹਨੂੰ ਮੌਲਿਕ ਅਧਿਕਾਰਾਂ ਤੋਂ ਬਾਹਰ ਕੱਢ ਕੇ 300A ਦੇ ਵਿੱਚ ਰਾਈਟ ਐਕਟ ਲੀਗਲ ਰਾਈਟ ਬਣਾ ਦਿੱਤਾ ਗਿਆ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਜੀ ਸੰਪਤੀ ਦੇ ਅਧਿਕਾਰ ਨੂੰ ਯਾਦ ਰੱਖਣਾ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਆ ਹੈ ਪ੍ਰਸ਼ਨ ਨੰਬਰ 16 ਰਾਸ਼ਟਰਪਤੀ ਨੂੰ ਉਸਦੇ ਅਹੁਦੇ ਦੀ ਸੌਂਹ ਕੌਣ ਚਕਾਉਂਦਾ ਜੀ ਭਾਰਤ ਦਾ ਜਿਹੜਾ ਮੁੱਖ ਜੱਜ ਹੁੰਦਾ ਹੈ ਉਹ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਦੀ ਸੌਂਹ ਚਕਾਉਂਦਾ ਜੀ ਪ੍ਰਸ਼ਨ ਨੰਬਰ 17 ਭਾਰਤ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ ਸੋ ਇਹ ਰਾਸ਼ਟਰਪਤੀ ਹੁੰਦਾ ਜੀ ਭਾਰਤ ਦਾ ਜਾਂ ਦੇਸ਼ ਦਾ ਪਹਿਲਾ ਨਾਗਰਿਕ ਭਾਰਤ ਦੇ ਵਿੱਚ ਜੇਕਰ ਕਿਸੇ ਰਾਜ ਦਾ ਪਹਿਲਾ ਨਾਗਰਿਕ ਪੁੱਛਿਆ ਜਾਵੇ ਰਾਜ ਦੇ ਵਿੱਚ ਤਾਂ ਉਥੇ ਰਾਜਪਾਲ ਹੁੰਦਾ ਜੀ ਰਾਜ ਦੇ ਵਿੱਚ ਕਵੈਸਚਨ ਨੰਬਰ 18 ਦੇਖਦੇ ਆਂ ਦੋਸਤੋ ਸੰਯੁਕਤ ਰਾਜ ਅਮਰੀਕਾ ਦੀ ਸੰਸਦ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਵੈਰੀ ਇੰਪੋਰਟੈਂਟ ਪ੍ਰਸ਼ਨ ਆ ਜਿਹੜਾ ਸੰਯੁਕਤ ਰਾਜ ਅਮਰੀਕਾ ਦੀ ਸੰਸਦ ਆ ਉਹਨੂੰ ਕਾਂਗਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਭਾਰਤ ਦੀ ਸੰਸਦ ਨੂੰ ਸੰਸਦ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਭਾਰਤ ਦੀ ਸੰਸਦ ਨੂੰ ਸੰਸਦ ਹੀ ਕਿਹਾ ਜਾਂਦਾ ਹੈ 19 ਨੰਬਰ ਪ੍ਰਸ਼ਨ ਦੇਖਦੇ ਆਂ ਸਹਿਕਾਰੀ ਸਵਾਭਾਵਾਂ ਦਾ ਵਿਸ਼ਾਗ ਕਿਹੜੀ ਅਨੁਸੂਚੀ ਵਿੱਚ ਆ ਜੀ ਸੋ ਇਹ ਸੰਵਰਤੀ ਸੂਚੀ ਵਿੱਚ ਸ਼ਾਮਲ ਹੈ ਜੀ ਬੀ ਨੰਬਰ ਪ੍ਰਸ਼ਨ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਕਿਸੇ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ 10 ਧਾਰਾ 352 ਦੇ ਅਕੋਰਡਿੰਗ ਹੀ ਰਾ ਕਿਸੇ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ ਜੀ ਜੇ ਪੁੱਛਿਆ ਜਾਵੇ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਿੱਥੇ ਲਾਗੂ ਹੋਇਆ ਤਾਂ ਉਹ ਪੰਜਾਬ ਚ ਹੋਇਆ ਸੀ ਜੀ ਪਹਿਲੀ ਵਾਰ 1951 ਚ ਸੋ ਇਹ ਇੱਥੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਉਹ 8 ਵਾਰ ਲਾਗੂ ਹੋ ਚੁੱਕਿਆ ਜੀ 8 ਵਾਰ ਪ੍ਰਸ਼ਨ ਨੰਬਰ 21 ਦੇਖਦੇ ਆ ਸੰਵਿਧਾਨ ਅਨੁਸਾਰ ਕਾਰਜਪਾਲਿਕਾ ਦਾ ਮੁਖੀ ਕੌਣ ਹੁੰਦਾ ਸੋ ਕਾਰਜਪਾਲਿਕਾ ਦਾ ਮੁਖੀ ਸੰਵਿਧਾਨ ਦੇ ਅਨੁਸਾਰ ਰਾਸ਼ਟਰਪਤੀ ਹੁੰਦਾ ਜੀ ਕਿਹੜੇ ਮੁੱਖ ਜੱਜ ਨੇ ਬਤੌਰ ਰਾਸ਼ਟਰਪਤੀ ਵੀ ਅਹੁਦਾ ਸੰਭਾਲਿਆ ਸੋ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਐਮ ਹਦਾਇਤੁੱਲਾ ਜਿਹੜਾ ਮੁੱਖ ਜੱਜ ਸੀ ਉਹਨੇ ਐਜ਼ এ ਰਾਸ਼ਟਰਪਤੀ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ ਤੇ ਅਹੁਦਾ ਸੰਭਾਲਿਆ ਸੀ ਜੀ ਹਦਾਇਤੁੱਲਾ ਜਿਹੜਾ ਜੱਜ ਸੀ ਉਹਨੇ ਸੰਵਿਧਾਨ ਨੂੰ ਹੀ ਆਤਮਾ ਮੰਨਿਆ ਸੀ ਦੇਸ਼ ਦੀ ਪ੍ਰਧਾਨ ਮੰਤਰੀ ਦੀ ਤਨਖਾਹ ਤੇ ਪੱਤੇ ਕਿਸ ਦੁਆਰਾ ਨਿਰਧਾਰਤ ਕੀਤੇ ਜਾਂਦੇ ਨੇ ਜੀ ਸੋ ਇਹ ਸੰਸਦ ਦੁਆਰਾ ਨਿਰਧਾਰਤ ਕੀਤੇ ਜਾਂਦੇ ਨੇ ਜੀ ਪ੍ਰਧਾਨ ਮੰਤਰੀ ਦੀ ਤਨਖਾਹ ਜਾਂ ਜਿਹੜੇ ਹੋਰ ਮੰਤਰੀ ਹੁੰਦੇ ਨੇ ਉਹਨਾਂ ਦੀਆਂ ਤਨਖਾਹਾਂ ਵਧਾਉਣਾ ਘਟਾਉਣਾ ਉਹਨਾਂ 'ਚ ਬਦਲਾਅ ਕਰਨਾ ਇਹ ਸਾਰਾ ਅਧਿਕਾਰ ਸੰਸਦ ਕੋਲੇ ਆ ਜੀ ਤੇ ਇਹਨਾਂ ਦਾ ਜਿਹੜਾ ਇਹ ਫੰਡ ਹੈਗਾ ਇਹ ਸੰਸਦ ਨਿਧੀ ਫੰਡ ਦੇ ਵਿੱਚੋਂ ਆਉਂਦਾ ਇਹਨਾਂ ਦੀ ਤਨਖਾਹ ਜਿਹੜੀ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਤਨਖਾਹ ਜਾਂ ਮੰਤਰੀਆਂ ਦੀ ਤਨਖਾਹ ਹੈਗੀ ਉਹ ਸੰਸਦ ਨਿਧੀ ਫੰਡ ਹੁੰਦਾ ਇੱਕ ਸਪੈਸ਼ਲ ਸੰਸਦ ਨਿਧੀ ਫੰਡ ਯਾਦ ਰੱਖਣਾ ਸਾਰਿਆਂ ਨੇ ਇਹ ਜਿਹੜਾ ਫੰਡ ਹੁੰਦਾ ਇਹ ਕਦੇ ਖਾਲੀ ਨਹੀਂ ਹੁੰਦਾ ਜੀ ਘਟਦਾ ਨਹੀਂ ਕਦੇ ਵੀ ਰਾਸ਼ਟਰਪਤੀ ਦੀ ਚੋਣ ਲਈ ਘੱਟੋ ਘਾਟ ਉਮਰ ਕਿੰਨੀ ਹੋਣੀ ਚਾਹੀਦੀ ਹੈ 35 ਸਾਲ ਉਮਰ ਹੋਣੀ ਚਾਹੀਦੀ ਹੈ ਜੀ ਰਾਸ਼ਟਰਪਤੀ ਦੀ ਚੋਣ ਲਈ ਜੇਕਰ ਕਿਸੇ ਰਾਸ਼ਟਰਪਤੀ ਦੀ ਕਾਰਜਕਾਲ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਰਾਸ਼ਟਰਪਤੀ ਕਿੰਨਾ ਉਪਰਾਸ਼ਟਰਪਤੀ ਕਿੰਨਾ ਸਮਾਂ ਅਹੁਦੇ ਅਹੁਦੇ ਤੇ ਕੰਮ ਕਰ ਸਕਦਾ ਹੈ ਤਾਂ ਇਹ 6 ਮਹੀਨੇ ਕੰਮ ਕਰ ਸਕਦਾ ਜੀ ਕੋਈ ਉਪਰਾਸ਼ਟਰਪਤੀ ਜੇਕਰ ਕਿਸੇ ਰਾਸ਼ਟਰਪਤੀ ਦੀ ਮੌਤ ਹੋ ਜਾਵੇ ਪਰ ਇਸ ਸਮੇਂਦਰਾਣ ਜੇਕਰ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੇ ਅਹੁਦੇ ਤੇ ਕੰਮ ਕਰੂਗਾ ਤਾਂ ਉਪ ਰਾਸ਼ਟਰਪਤੀ ਸਾਰੀਆਂ ਜਿਹੜੀਆਂ ਪਾਵਰਾਂ ਨੇ ਉਹ ਰਾਸ਼ਟਰਪਤੀ ਵਾਲੀਆਂ ਰੱਖੂਗਾ ਜੀ ਇਹ ਤਨਖਾਹ ਵੀ ਉਹਨੂੰ ਰਾਸ਼ਟਰਪਤੀ ਵਾਲੀ ਮਿਲੂਗੀ। ਪ੍ਰਸ਼ਨ ਨੰਬਰ 26 ਦੇਖਦੇ ਆਂ। ਰਾਸ਼ਟਰਪਤੀ ਤੇ ਮਹਾਦੋਸ਼ ਦੇ ਕਿਹੜੇ ਸਦਨ ਵਿੱਚ ਚਲਾਇਆ ਜਾ ਸਕਦਾ ਹੈ? ਸੋ ਰਾਸ਼ਟਰਪਤੀ ਤੇ ਮਹਾਦੋਸ਼ ਆ ਜਿਹੜਾ ਜੀ ਉਹ ਕਿਸੇ ਵੀ ਸਦਨ ਵਿੱਚ ਚਲਾਇਆ ਜਾ ਸਕਦਾ ਹੈ। ਚਾਹੇ ਲੋਕ ਸਭਾ ਹੋਵੇ ਚਾਹੇ ਰਾਜ ਸਭਾ। regulating act ਕਦੋਂ ਪਾਸ ਕੀਤਾ ਗਿਆ ਸੋ ਦੋਸਤੋ ਜਿਹੜਾ regulating act ਸੀਗਾ ਉਹ 1773 ਦੇ ਵਿੱਚ ਪਾਸ ਕੀਤਾ ਗਿਆ ਸੀਗਾ regulating act ਇਸ ਐਕਟ ਦੇ ਤਹਿਤ ਹੀ ਕੰਪਨੀ ਨੇ ਰਾਜਨੀਤਿਕ ਦੇ ਪ੍ਰਸ਼ਾਸਨ ਕੰਮਾਂ ਨੂੰ ਮਾਨਤਾ ਮਿਲ ਗਈ ਸੀ ਜਦੋਂ 1773 ਦਾ ਐਕਟ ਪਾਸ ਕੀਤਾ ਗਿਆ ਜਿਹੜਾ ਜਿਹੜਾ ਇਹ ਇੰਡੀਆ ਇਹ ਕੰਪਨੀ ਸੀ ਜਿਹੜੀ ਈਸਟ ਇੰਡੀਆ ਕੰਪਨੀ ਇਨੂੰ ਰਾਜਨੀਤਿਕ ਤੇ ਪ੍ਰਸ਼ਾਸਨਕ ਕੰਮਾਂ ਨੂੰ ਮਾਨਤਾ ਮਿਲ ਗਈ ਸੀ ਇਹ ਵੈਰੀ ਇੰਪੋਰਟੈਂਟ ਹੈ ਯਾਦ ਰੱਖਣਾ ਜੀ 28 ਨੰਬਰ ਪ੍ਰਸ਼ਨ ਦੇਖਦੇ ਆ ਕਿਹੜੇ ਐਕਟ ਦੁਆਰਾ ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰਨਰਲ ਬਣਾਇਆ ਤਾ ਗਿਆ ਰੈਗੂਲੇਟਿੰਗ ਐਕਟ 1773 ਦੇ ਅਕੋਰਡਿੰਗ ਇਹ ਬਣਾਇਆ ਸੀ ਜੀ ਪਹਿਲਾਂ ਤਾਂ ਬੰਗਾਲ ਦੇ ਵਿੱਚ ਸੀਗਾ ਲਾਇਡ ਪਲਾਈਵ ਫਿਰ ਬਾਰਨ ਹਿਸਟਿੰਗ ਨੂੰ ਬਣਾ ਦਿੱਤਾ ਗਿਆ ਸੀ ਗਵਰਨਰ ਜਨਰਲ ਬੰਗਾਲ ਦਾ 29 ਨੰਬਰ ਪ੍ਰਸ਼ਨ ਦੇਖਦੇ ਆ ਸੁਪਰੀਮ ਕੋਰਟ ਦੀ ਸਥਾਪਨਾ ਕਿਹੜੇ ਐਕਟ ਅਧੀਨ ਕੀਤੀ ਗਈ ਰੈਗੂਲੇਟਿੰਗ ਐਕਟ 1774 ਦੇ ਅਧੀਨ ਹੀ ਜੀ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਸੋ ਸੁਪਰੀਮ ਕੋਰਟ ਕਲਕੱਤਾ ਦੇ ਵਿੱਚ ਇਹ ਬਣਾਈ ਗਈ ਸੀ ਪਹਿਲੀ ਸੁਪਰੀਮ ਕੋਰਟ ਦੀ ਸਥਾਪਨਾ ਕਿੱਥੇ ਗਈ ਆਪਾਂ ਹੁਣੇ ਕਰਿਆ ਕਲਕੱਤਾ ਦੇ ਵਿੱਚ ਹੋਈ ਸੀ ਜੀ ਸੁਪਰੀਮ ਕੋਰਟ ਦੀ ਸਥਾਪਨਾ ਜਿਹੜੇ ਸੁਪਰੀਮ ਕੋਰਟ ਦੇ ਹੁਣ ਆਰਟੀਕਲ ਨੇ ਜੀ ਇਹ 124 ਤੋਂ 147 ਤੱਕ ਇਹ ਆਰਟੀਕਲ ਸੁਪਰੀਮ ਕੋਰਟ ਨਾਲ ਸੰਬੰਧਤ ਨੇ ਜੀ ਸੁਪਰੀਮ ਕੋਰਟ ਦਾ ਜਿਹੜਾ ਮੁੱਖ ਜੱਜ ਸੀਗਾ ਆਜ਼ਾਦ ਭਾਰਤ ਦਾ ਉਹ ਸੀ ਕਨਈਆ 31 ਨੰਬਰ ਪ੍ਰਸ਼ਨ ਦੇਖਦੇ ਆ ਪਿਟਸ ਇੰਡੀਆ ਐਕਟ ਕਦੋਂ ਪਾਸ ਕੀਤਾ ਗਿਆ ਪਿਟਸ ਇੰਡੀਆ ਐਕਟ ਹੈ ਜਿਹੜਾ 1784 ਦੇ ਵਿੱਚ ਪਾਸ ਕੀਤਾ ਗਿਆ ਜੀ ਉਸ ਸਮੇਂ ਯੂਕੇ ਦੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਬ੍ਰਿਟਸ ਦੇ ਉਹ ਪਿਟਸ ਉਹਨਾਂ ਦਾ ਨਾਮ ਸੀਗਾ ਪਿਟਸ ਉਹਨਾਂ ਦੇ ਨਾਮ ਦੇ ਆਧਾਰ 'ਤੇ ਐਕਟ ਪਾਸ ਕੀਤਾ ਗਿਆ ਸੀ ਜੀ 32 ਨੰਬਰ ਪ੍ਰਸ਼ਨ ਦੇਖਦੇ ਹਾਂ ਕਿਹੜੇ ਐਕਟ ਦੁਆਰਾ ਕੰਪਨੀ ਦੇ ਵਪਾਰਕ ਤੇ ਰਾਜਨੀਤਿਕ ਕੰਮਾਂ ਨੂੰ ਵੱਖ-ਵੱਖ ਕੀਤਾ ਗਿਆ ਸੋ ਪਿਟਸ ਇੰਡੀਆ ਐਕਟ 1784 ਦੇ ਅਕੋਰਡਿੰਗ ਹੀ ਇਹ ਉਹਨਾਂ ਦੇ ਜਿਹੜੇ ਕੰਪਨੀ ਦੇ ਜਿਹੜੇ ਰਾਜਨੀਤਿਕ ਤੇ ਪ੍ਰਸ਼ਾਸਨਿਕ ਜਾਂ ਵਪਾਰਕ ਕੰਮ ਸੀ ਉਹਨਾਂ ਨੂੰ ਅਲੱਗ ਕਰ ਦਿੱਤਾ ਗਿਆ ਸੋ ਇਹ 1758 1700 73 ਦੇ ਰਾਹੀਂ ਇਹਨਾਂ ਨੂੰ ਮਤਲਬ ਮਾਨਤਾ ਮਿਲੀ ਸੀ ਇਹ ਕੰਮਾਂ ਨੂੰ 1784 ਚ ਇਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਜੀ ਸੰਵਿਧਾਨ ਕਿਸ ਦੁਆਰਾ ਲਿਖਿਆ ਗਿਆ ਪ੍ਰੇਮ ਵਿਹਾਰੀ ਰਾਏ ਜادہ ਮਤਲਬ ਇੱਕ ਲਿਖਤ ਕੀਤੀ ਸੀ ਜਿਹੜੀ ਉਹ ਪ੍ਰੇਮ ਵਿਹਾਰੀ ਨੇ ਕੀਤੀ ਸੀ ਪਰ ਸੰਵਿਧਾਨ ਦਾ ਜਨਮਦਾਤਾ ਜਿਹੜਾ ਉਹ ਮੰਨਿਆ ਜਾਂਦਾ ਡਾਕਟਰ ਅੰਬੇਦਕਰ ਨੂੰ ਸੰਵਿਧਾਨ ਨਿਰਮਾਣ ਤੇ ਕਿੰਨਾ ਖਰਚਾ ਆਇਆ ਜੀ ਲਗਭਗ 64 ਲੱਖ ਰੁਪਏ ਲੱਗੇ ਸੀ ਸੰਵਿਧਾਨ ਬਣਾਉਣ ਦੇ ਉੱਤੇ 60 ਦੇਸ਼ਾਂ ਦੇ ਵਿੱਚੋਂ ਸੰਵਿਧਾਨ ਦਾ ਜਿਹੜਾ ਖਰੜਾ ਤਿਆਰ ਕੀਤਾ ਗਿਆ ਸੀ 60 ਦੇਸ਼ਾਂ ਦੇ ਸੰਵਿਧਾਨ ਪੜੇ ਗਏ ਸੀਗੇ ਕਿਹੜੀ ਸੰਵਿਧਾਨਕ ਸੋਧ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ 42ਵੀਂ ਸੰਵਿਧਾਨਕ ਸੋਧ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਜੀ ਭਾਰਤ ਦਾ ਸੰਵਿਧਾਨ ਨਾ ਤਾਂ ਕਠੋਰ ਹੈ ਤੇ ਨਾ ਹੀ ਲਚਕੀਲਾ ਜੀ ਨਾ ਤਾਂ ਕਠੋਰ ਹੈ ਨਾ ਹੀ ਲਚਕੀਲਾ ਹੈ ਯਾਦ ਰੱਖਣਾ ਸਾਰਿਆਂ ਨੇ ਕਿਹੜੇ ਦੇਸ਼ ਦਾ ਸੰਵਿਧਾਨ ਸਭ ਤੋਂ ਲੰਮਾ ਤੇ ਲਿਖਤੀ ਹੈ ਉਹ ਭਾਰਤ ਦਾ ਸੰਵਿਧਾਨ ਹੈ ਜੀ ਸਭ ਤੋਂ ਲੰਮਾ ਤੇ ਲਿਖਤੀ ਸੰਵਿਧਾਨ ਕਿਹੜੀ ਸੰਵਿਧਾਨਕ ਧਾਰਾ ਮੌਲਿਕ ਕਰਤੱਵਨਾ ਨਾਲ ਸੰਬੰਧਿਤ ਹੈ ਸੋ 52 ਏ ਜਿਹੜੀ ਧਾਰਾ ਜੀ ਇਹ ਮੌਲਿਕ ਕਰਤੱਵਨਾ ਨਾਲ ਸੰਬੰਧਿਤ ਹੈ ਜੋ ਕਿ 11 ਨੇ 1976 ਦੇ ਵਿੱਚ 42ਵੀਂ ਸੋਧ ਦੇ ਰਾਹੀਂ ਸਵਰਨ ਸਿੰਘ ਟੈਣਾ ਸਵਰਨ ਸਿੰਘ ਕਮੇਟੀ ਦੇ ਅਕੋਰਡਿੰਗ ਇਹੀ ਇਹ ਸ਼ਾਮਲ ਕੀਤੇ ਗਏ ਸੀਗੇ 11ਵਾਂ ਮੌਲਕ ਕਰਤੱਬ ਸੰਵਿਧਾਨ ਵਿੱਚ ਕਦੋਂ ਸ਼ਾਮਲ ਕੀਤਾ ਗਿਆ 11ਵਾਂ ਮੌਲਕ ਕਰਤੱਬ ਸੀ ਜਿਹੜਾ 2002 ਦੇ ਵਿੱਚ 76ਵੀਂ ਸੰਵਿਧਾਨਕ ਸੋਧ ਰਾਹੀਂ ਸ਼ਾਮਲ ਕੀਤਾ ਗਿਆ ਜੀ 76ਵੀਂ ਸੋਧ ਰਾਹੀਂ ਬੈਰੀ ਇੰਪੋਰਟੈਂਟ ਪ੍ਰਸ਼ਨ ਨੇ ਦੋਸਤੋ ਇਹ ਕਿਸੇ ਵੀ ਵਿਅਕਤੀ ਲਈ ਵੋਟਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ ਸੋ ਵੋਟ ਪਾਉਣ ਲਈ ਜਿਹੜੀ ਉਮਰ ਹੈ ਜੀ ਉਹ 18 ਸਾਲ ਹੋਣੀ ਚਾਹੀਦੀ ਹੈ ਪਹਿਲਾਂ 21 ਸਾਲ ਹੁੰਦੀ ਸੀ ਮੂਲ ਦੇ ਸੰਵਿਧਾਨ ਵਿੱਚ ਵੋਟਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਸੀ ਜੀ ਇਹ ਪਹਿਲਾਂ 21 ਸਾਲ ਹੁੰਦੀ ਸੀ ਕਿਹੜੇ ਸਾਲ ਵੋਟਰਾਂ ਲਈ ਉਮਰ 21 ਤੋਂ ਘਟਾ ਕੇ 18 ਸਾਲ ਕੀਤੀ ਗਈ ਇਹ 1999 ਦੇ ਵਿੱਚ ਕੀਤੀ ਗਈ ਸੀ ਜੀ 42ਵਾਂ ਪ੍ਰਸ਼ਨ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੁਣ ਕਿੰਨੇ ਵਾਰ ਸੋਧ ਹੋਈ ਆ ਸੋ ਇਹ ਇੱਕ ਵਾਰ ਸੋਧ ਹੋਈ ਹੈ ਜੀ ਪ੍ਰਸਤਾਵਨਾ ਦੇ ਵਿੱਚ ਆਜ਼ਾਦੀ ਦੇ ਸਮੇਂ ਕਿੰਨੀਆਂ ਦੇਸੀ ਰਿਆਸਤਾਂ ਸਨ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਆਜ਼ਾਦੀ ਦੇ ਸਮੇਂ ਜਦੋਂ ਭਾਰਤ ਦੇਸ਼ ਆਜ਼ਾਦ ਹੋਇਆ ਉਦੋਂ ਦੇਸੀ ਰਿਆਸਤਾਂ 552 ਸੀ ਜੀ ਸਰਦਾਰ ਵੱਲ ਭਾਈ ਪਟੇਲ ਭਾਈ ਪਟੇਲ ਜੀ ਨੇ ਇਹ ਦੇਸੀ ਰਿਆਸਤਾਂ ਨੂੰ ਭਾਰਤ ਸਰਕਾਰ ਦੇ ਅਧੀਨ ਕੀਤਾ ਸੀਗਾ 44 ਨੰਬਰ ਪ੍ਰਸ਼ਨ ਦੇਖਦੇ ਆ ਹైదరాబాద్ ਨੂੰ ਭਾਰਤ ਵਿੱਚ ਕਿਵੇਂ ਮਿਲਾਇਆ ਗਿਆ ਪੁਲਿਸ ਕਾਰਵਾਈ ਕਰਕੇ ਸੋ ਜਿਹੜੀ ਦੇਸੀਆਂ ਰਿਆਸਤਾਂ ਸੀਗੀਆਂ ਹైదరాబాద్ ਜਿਹੜੀ ਉਹਨਾਂ ਦੇ ਵਿੱਚੋਂ ਹైదరాబాద్ ਨੂੰ ਪੁਲਿਸ ਕਾਰਵਾਈ ਦੇ ਰਾਹੀਂ ਭਾਰਤ ਵਿੱਚ ਮਿਲਾਇਆ ਗਿਆ ਸੀ ਜਿਹੜੀ ਜੂਨਾਗੜ੍ਹ ਰਿਆਸਤ ਸੀ ਦੇਖੋ ਜੂਨਾਗੜ੍ਹ ਨੂੰ ਭਾਰਤ ਵਿੱਚ ਕਿਵੇਂ ਮਿਲਾਇਆ ਗਿਆ ਇਹਨੂੰ ਜਨਮਤ ਸੰਗ੍ਰਹਿ ਦੇ ਦੁਆਰਾ ਮਿਲਾਇਆ ਗਿਆ ਸੀ ਜੀ ਜੂਨਾਗੜ੍ਹ ਦੇਸੀ ਰਿਆਸਤ ਨੂੰ ਫਾਜ਼ਲ ਅਲੀ ਅਯੋਗ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਪੁਨਰ ਰਾਜ ਪੁਨਰ ਗਠਨ ਅਯੋਗ ਜੋ ਕਿ 1956 ਦੇ ਵਿੱਚ ਆਇਆ ਜਿਸ ਦੇ ਅਧੀਨ ਭਾਸ਼ਾ ਦੇ ਆਧਾਰ ਦੇ ਉੱਤੇ ਬਹੁਤ ਸਾਰੇ ਰਾਜ ਬਣੇ ਪਹਿਲਾ ਰਾਜ ਸੀਗਾ ਆਂਧਰਾ ਪ੍ਰਦੇਸ਼ ਯਾਦ ਰੱਖਣਾ ਸਾਰਿਆਂ ਨੇ ਆਂਧਰਾ ਪ੍ਰਦੇਸ਼ ਓਡੀਸ਼ਾ ਦੀ ਰਾਜਧਾਨੀ ਕਿਹੜੀ ਹੈ ਜੀ ਭੁਵਨੇਸ਼ਵਰ ਯਾਦ ਰੱਖਣਾ ਸਭ ਨੇ ਓਡੀਸ਼ਾ ਦੀ ਰਾਜਧਾਨੀ ਪੰਜਾਬ ਦੇ ਸਿਹਤ ਮੰਤਰੀ ਦਾ ਨਾਮ ਦੱਸੋ ਸੋ ਦੋਸਤੋ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਪੰਜਾਬ ਦੀ ਕੈਬਨਿਟ ਵੀ ਸਪੈਸ਼ਲ ਪਾ ਤੁਹਾਡੇ ਲਈ ਲੈ ਕੇ ਆਵਾਂਗੇ ਬਲਬੀਰ ਸਿੱਧੂ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਜੀ ਕੈਨੇਡਾ ਦੀ ਰਾਜਧਾਨੀ ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਬਹੁਤ ਸਾਰੀਆਂ ਰਾਜਧਾਨੀਆਂ ਬਾਰੇ ਪੁੱਛਿਆ ਗਿਆ ਹੈ ਅਲੱਗ-ਅਲੱਗ ਕੰਟਰੀਜ਼ ਦੀਆਂ ਰਾਜਧਾਨੀਆਂ ਓਟਾਵਾ ਜਿਹੜੀ ਕੈਨੇਡਾ ਦੀ ਰਾਜਧਾਨੀ ਹੈ ਜੀ ਸਭ ਤੋਂ ਬਾਅਦ ਜੰਗਲੀ ਖੇਤਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਹੁਸ਼ਿਆਰ ਦੇ ਵਿੱਚ ਹਸ਼ਿਆਰਪੁਰ ਦੇ ਵਿੱਚ ਸਭ ਤੋਂ ਵੱਧ ਜੰਗਲੀ ਖੇਤਰ ਹੈ ਪੰਜਾਬ ਦਾ ਜਿਹੜਾ ਜਿਹੜਾ ਜ਼ਿਲ੍ਹਾ ਹਸ਼ਿਆਰਪੁਰ ਹੈ ਸੋ ਦੋਸਤੋ ਇਹ ਸਨ ਵੈਰੀ ਇੰਪੋਰਟੈਂਟ ਬਨ ਲਾਈਨਰ ਹੈ ਪ੍ਰਸ਼ਨ ਜੋ ਕਿ ਜੀਕੇ ਨਾਲ ਸੰਬੰਧਿਤ ਹੈ ਆਪਾਂ ਪੰਜਾਬ ਦੀ ਕੈਬਨਿਟ ਜਿਹੜੀ ਉਹ ਇੱਕ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਦੋਸਤੋ ਪੰਜਾਬ ਜੀਕੇ ਨਾਲ ਸਪੈਸ਼ਲ ਪੰਜਾਬ ਜੀਕੇ ਦੇ ਨਾਲ ਸੰਬੰਧਿਤ ਵੀ ਤੁਹਾਡੇ ਲਈ ਆਪਾਂ ਵੀਡੀਓ ਸ਼ੁਰੂ ਕਰਾਂਗੇ ਸੋ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ